खेत
पर है रे
परिवार ते कारोबार छड़ के इसलिए घरों तुरिया के रब नूं मिलना है। बाबा कबीर जी का पिछली बार दस प्रकरण कि रब नूं मिलन लई घर छड़ना पैंदा है। सवाल ने कुछ पैदा हो गए, छड़ना पैंदा। श्री गुरु ग्रंथ साहिब कोलों बार बार असीं नाल जिथे भी कन्फ्यूज होइए पुछिए, गुरु एक गल कहिंदे ने जोगियां ने घर छड़िया है, उन्होंने अपने बस्तल भी पटवे कीते ने, अपना भेख भी बनाया है ताकि वो सफल होगा इन रब नूं मिलन लई, क्योंकि छड़िया तो उन्हें भी इसे लई गुरबाणी दी तुकां के देवतियां दर्शन के ताई दुख भूख तीर्थ की जोगी जति जुगत मैं रहते कर कर भगवे भेख पाए। तो कारण साहिब तैनू मिलन लई जोगियां ने भी घर छड़े, पृथ्वी वर्गियां ने तां राज भाग त्यागिया। पृथ्वी बादशाह सी राजा सी, राज भाग छड़ के जंगलों विच जोग धारण करके तुर गए। इसलिए रब नूं मिलना है ताकि वो सफल होए, जे नहीं होए तो असी गुरु को पूछिए। जिथे भी, बल्कि मैं तो कई बार अर्ज करा, जिथे भी कोई कंफ्यूजन हो गए ना, सानू झगड़े की लोड़ नहीं। एक कोई सवाल है आ भाई श्री गुरु ग्रंथ साहब दे कोल बह जाने, आप इथों फैसला ले लेंगे। हुण जिहड़ा घर बार छड़ दे, छड़ के कारोबार त्याग के परिवार छड़ के जंगलों नूं तुरिया, ते इस ख्याल नूं तुरिया भई रब नूं मिलन चले आ, कि सफल हो जाएगा गुरु कोल पुछ लेंगे। गुरु ने दो हर फिर जवाब दिता, कहिंदे ने जोग न भगवी कपड़ी, जोग न मैले वेश। नानक घर बैठे हैं, इत्थे लफ्ज घर बैठे हैं कि रब नूं मिलन लई घर छड़ना पैंदा। फिर साडा तुहाडा की हाल है, दुनिया के किन्ने क लोग होणगे जिहड़े रब प्रस्त रह जाणगे। जे इहो ही शर्त है घर छड़ना पैंदा। हुण देखना है गुरु नानक अपनी रचना तो सिक्खी नूं केड़ा सौखा सहल ते सुचंजा राह दसदे ने। इस तों ज्यादा सानू होर किसे कोलों नवां कोई राह पुछण दी लोड़ ही नहीं। जवाब दिंदे ने, कहिंदे ने जोग न भगवी कपड़ी, जोग न मैले वेश। नानक घर बैठे जोग पाई है, बाहर जाने की लोड़ नहीं। नानक घर बैठे जोग पाई है, किवें सतगुर के उपदेश गुरु की अगवाई लै लै
ਗੁਰੂ ਕੋਲ ਪੁੱਛ ਲੈ ਜੇ ਪ੍ਰਭ ਤੈ ਹੀ ਜਾਈਏ ਗੁਰੂ ਕੋਲ ਪੁੱਛ ਲੈ ਜੀ ਰੱਬ ਕਿੱਥੇ ਵਸਦਾ ਬਸ ਉੱਥੇ ਚਲਾ ਜਾ ਹੁਣ ਗੁਰੂ ਤਾਂ ਇਹ ਗੱਲ ਕਹਿ ਰਿਹਾ ਕਿ ਵਿੱਚ ਸੰਗਤ ਹਰ ਪ੍ਰਭੂ ਵਸੇ ਜੀ ਮਨ ਤਨ ਖੋ ਜੀ ਭਾਲ ਭੁਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਤੇ ਅਸੀਂ ਘਰ ਛੱਡ ਕੇ ਪਰਿਵਾਰ ਤਿਆਗ ਕੇ ਰੱਬ ਨੂੰ ਮਿਲਣ ਚੱਲੇ ਐਸਾ ਖਿਆਲ ਦੇ ਰਿਹਾ ਪਿਛਲੀ ਵਾਰ ਦੇ ਸੁਰਖ ਨੂੰ ਨਾਲ ਜੋੜਨਾ ਚਾਹੁੰਦਾ ਉਹਦੇ ਵਿੱਚ ਲਫ਼ਜ਼ ਸਨ ਚਾਲੇ ਥੇ ਹਰ ਮਿਲਣ ਕੋ ਰੱਬ ਨੂੰ ਮਿਲਣ ਚੱਲੇ ਸਨ ਤੇ ਰਾਹ ਵਿੱਚ ਰਹਿ ਗਏ ਸਫਲ ਨਾ ਹੋਏ ਰਾਹ ਵਿੱਚ ਰਹਿ ਗਏ ਤੇ ਲਫ਼ਜ਼ਾਂ ਦੇ ਰਾਹ ਵਿੱਚ ਕਿਉਂ ਰਹਿ ਗਏ ਕਿਉਂਕਿ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚਾਲੇ ਥੇ ਹਰ ਮਿਲਣ ਕੋ ਵਿੱਚੇ ਅਟਕੇ ਉਹ ਚੀਜ਼ ਵਿੱਚੇ ਹੀ ਰਹਿ ਗਏ ਰਾਹ ਵਿੱਚ ਹੀ ਰਹਿ ਗਏ ਅਧੂਰਾ ਹੀ ਸਭ ਬੰਦ ਹੋਇਆ ਮੰਜ਼ਿਲ ਮਿਲੀ ਨਾ ਕਿਉਂ ਨਾ ਮਿਲੀ ਕਿਉਂਕਿ ਬਹੁਤੇ ਸਿੱਖ ਸਾਖਾ ਬਣ ਗਏ ਚੇਲੇ ਬਹੁਤੇ ਬਣ ਗਏ ਜਦੋਂ ਮੈਂ ਰੱਬ ਦੇ ਰਾਹ ਦੇ ਤੁਰਨ ਦੀ ਗੱਲ ਕੀਤੀ ਨਾ ਹਰ ਕੋਈ ਰੱਬ ਨੂੰ ਮਿਲਣਾ ਚਾਹੁੰਦਾ ਸੀ ਉਹਨੇ ਆਖਿਆ ਮੈਂ ਵੀ ਤੇਰੇ ਮਗਰ ਦੂਜੇ ਨੂੰ ਕਹਿਣ ਲੱਗਾ ਵੇ ਮੈਂ ਇਹਦੇ ਮਗਰ ਇਸ ਲਈ ਲੱਗਿਆ ਰੱਬ ਨੂੰ ਮਿਲਣ ਚੱਲਿਆ ਉਹਨੇ ਆਖਿਆ ਮੈਂ ਵੀ ਇਹਦੇ ਮਗਰ ਇਹ ਉਹ ਚੇਲਿਆਂ ਦੀ ਗਿਣਤੀ ਵਧਦੀ ਗਈ ਸਿੱਖ ਸਾਖਾ ਬਹੁਤ ਦੇਖੀ ਚੇਲਿਆਂ ਦੀ ਗਿਣਤੀ ਵਧਦੀ ਗਈ ਤੇ ਮਨੁੱਖ ਉਹ ਜਿਹੜਾ ਅੱਗੇ ਲੱਗ ਕੇ ਤੁਰਿਆ ਸੀ ਰੱਬ ਨੂੰ ਮਿਲਣ ਉਹਨੇ ਵੇਖਿਆ ਮੇਰੇ ਮਗਰ ਤਾਂ ਬੜੇ ਚੇਲੇ ਨੇ ਉਹ ਬਜਾਏ ਰੱਬ ਨੂੰ ਮਿਲਣ ਦੇ ਚੇਲਿਆਂ ਦੀ ਗਿਣਤੀ ਵਿੱਚ ਪੈ ਗਿਆ ਇਸੇ ਚ ਮਸਤ ਹੋ ਗਿਆ ਕਿ ਮੇਰੇ ਚੇਲੇ ਬਹੁਤ ਮੇਰੇ ਮਗਰ ਲੱਗੇ ਹੋਏ ਲੋਕ ਬਹੁਤ ਨਤੀਜਾ ਨਿਕਲਿਆ ਆਪ ਵੀ ਆਪਣੀ ਮੰਜ਼ਿਲ ਅਧੂਰੀ ਰਹਿ ਗਈ ਜਿਹੜੇ ਮਗਰ ਤੁਰੇ ਸਨ ਉਹ ਵੀ ਅਧੂਰੇ ਰਹਿ ਗਏ ਪਿਛਲੀ ਵਾਰ ਦਸ ਲੋਕ ਸੀ ਸਿੱਖ ਸਾਖਾ ਬਹੁਤ ਕੀ ਹੈ ਕਿ ਸੋ ਕੀ ਉਹ ਨਮੀਤ ਚਾਲੇ ਥੇ ਹਰ ਮਿਲਣ ਕੋ ਬੀਚੇ ਇਸ ਵਾਰ ਦੇ ਦੋ ਸਲੋਕਾਂ ਨੂੰ ਜ਼ਰਾ ਧਿਆਨ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇਹਦੇ ਵਿੱਚ ਕੁਛ ਲਫ਼ਜ਼ ਐਸੇ ਨੇ ਜਿਹੜੇ ਸਾਨੂੰ ਸਮਝ ਲੈਣੇ ਚਾਹੀਦੇ ਨੇ ਕਿਉਂਕਿ ਤੁਕਾਂ ਨੂੰ ਗੁਰਬਾਣੀ ਦੀਆਂ ਲਾਈਨਾਂ ਨੂੰ ਸਮਝਣਾ ਆਪਣੀ ਥਾਵੇਂ ਮਹਾਨ ਹੈ ਪਰ ਜੇ ਉਹਦੀ ਸ਼ਬਦਾਵਲੀ ਸਮਝ ਜਾਈਏ ਹੋਰ ਆਸਾਨੀ ਹੋ ਜਾਂਦੀ ਉਹ ਲਫ਼ਜ਼ ਨੇ ਕਿ ਜਿਹੜੇ ਤੁਰੇ ਸਨ ਉਹਦੇ ਮਗਰ ਸਿੱਖ ਸਾਖਾ ਵੀ ਤਾਂ ਹੀ ਤੁਰੇ ਸਨ ਨਾ ਉਹਨਾਂ ਨੂੰ ਕਹਿੰਦੇ ਸਨ ਆਓ ਮੈਂ ਤੁਹਾਨੂੰ ਰੱਬ ਮਿਲਾਵਾਂ ਆਪ ਅਜੇ ਰੱਬ ਤੱਕ ਪਹੁੰਚੇ ਨਹੀਂ ਮੈਂ ਐਤਕੀ ਬਾਬਾ ਕਬੀਰ ਜੀ ਨੇ ਅਗਲਾ ਪੰਜ ਅਗਲੀ ਗੱਲ ਛੇੜੀ ਕਹਿਣ ਲੱਗੇ ਦੋ ਤਰ੍ਹਾਂ ਦੇ ਲੋਕ ਨੇ ਐਸੇ ਵੀ ਨਹੀਂ ਵੀ ਜਿਹੜੇ ਰੱਬ ਦੇ ਮਿਲਾਪ ਤੋਂ ਬਿਲਕੁਲ ਵਾਂਝੇ ਉਹ ਵੀ ਲੋਕ ਨੇ ਜਿਹੜੇ ਆਪਣਾ ਜੀਵਨ ਪ੍ਰਭੂ ਨੂੰ ਰੱਬ ਨੂੰ ਮਾਲਕ ਨੂੰ ਸਮਰਪਣ ਕਰ ਚੁੱਕੇ ਨੇ ਉਹਨਾਂ ਦੇ ਨਾਲ ਮੇਲ ਹੈ ਜੇ ਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਅੰਦਰ ਇਹ ਗੱਲ ਨਾ ਆਖਣ ਕਿ ਦੁਨੀਆਂ ਦੇ ਲੋਕ ਜਿੱਥੇ ਲਫ਼ਜ਼ ਆਏ ਰੱਬ ਕਿੱਥੇ ਹੈ ਕਿਵੇਂ ਮਿਲੀਏ ਜਵਾਬ ਹੈ ਗੁਰਬਾਣੀ ਵਿੱਚ ਕਿ ਨਿਰੰਕਾਰ ਕਿੱਥੇ ਹੈ ਦੱਸੋ ਮੈਨੂੰ ਪੁੱਛੋ ਸੰਤ ਮੇਰੋ ਠਾਕਰ ਕੈਸਾ ਪ੍ਰਭ ਜੀ ਉਹ ਕੈਸਾ ਕੇ ਮੋਹਨ ਪਰਵੇਸਾ ਰੱਬ ਕਿਹੋ ਜਿਹਾ ਤੇ ਕਿੱਥੇ ਰਹਿੰਦਾ ਬੜਾ ਸੁਭਾਵਿਕ ਜਿਹਾ ਸਵਾਲ ਹੈ ਤੇ ਜਵਾਬ ਹੈ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਣ ਥਨੰਤਰ ਦੇਸਾ ਅੱਗੇ ਲਫ਼ਜ਼ ਨੇ ਬੰਧਨ ਤੇ ਮੁਕਤਾ ਘੱਟ ਘੱਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਕਹਿ ਨਾ ਸਕੋ ਮੈਂ ਦੱਸ ਨਹੀਂ ਸਕਦਾ ਰੱਬ ਕਿਉਂ ਜੈ
ਕਹਿੰਦਾ ਸਿੱਖੋ ਹਰਦੇ ਸਾਹਿਬ। ਸਵਾਲ ਹੈ ਵੀ ਜਦੋਂ ਉਹ ਉਪਦੇਸ਼ ਕਰਦਾ ਤੇ ਇਹ ਕਹਿੰਦਾ ਮੈਂ ਰੱਬ ਨੂੰ ਮਿਲਣ ਚੱਲਿਆ, ਉਹ ਵੀ ਲੋਕ ਨੇ ਜਿਹੜੇ ਸੱਚਮੁੱਚ ਰੱਬ ਨੂੰ ਪਛਾਣਦੇ ਮਿਲ ਜਾਂਦੇ। ਜੇ ਨਾ ਹੋਵੇ ਤਾਂ ਗੁਰੂ ਆਪਣੀ ਰਸਨਾ ਤੋਂ ਇਹ ਗੱਲ ਕਿਉਂ, ਕਿਉਂਕਿ ਸਾਨੂੰ ਇੱਕ ਗੱਲ 'ਤੇ ਤਸੱਲੀ ਨਾਲ ਫੈਸਲਾ ਕਰਨਾ ਹੀ ਪਏਗਾ ਕਿ ਜੋ ਸਾਨੂੰ ਸਤਿਗੁਰੂ ਕਹਿੰਦਾ ਸਾਨੂੰ ਉਹਦੇ 'ਤੇ ਵਿਸ਼ਵਾਸ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਗੱਲ ਸਪਸ਼ਟ ਕਰ ਰਹੀ ਹੈ, ਕਹਿੰਦੇ ਉਹ ਘਰ ਹੈ ਮਨ ਦਾ ਘਰ ਜਿੱਥੇ ਜੀਵ ਤੇ ਜੀਵਨ ਦਾ ਮਾਲਕ ਰੱਬ ਇਕੱਠੇ ਬਹਿੰਦੇ ਨੇ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਗੋਸ਼ਟ ਦਾ ਮਤਲਬ ਹੁੰਦਾ ਗੱਲਬਾਤ, ਗੋਸ਼ਟੀ ਕਰਨੀ। ਇਹਨਾਂ ਨੂੰ ਰੱਬ ਵੀ ਕਿਸੇ ਨਾਲ ਗੋਸ਼ਟੀ ਕਰਦਾ, ਪ੍ਰਭੂ ਵੀ ਕਿਸੇ ਨਾਲ ਗੱਲ ਕਰਦਾ ਤੇ ਉਹਦੀ ਹੋਂਦ ਹੈ ਤੇ ਤਾਂ ਹੀ ਗੱਲ ਕਰਦਾ ਨਾ। ਭਗਤ ਸੰਗ ਪ੍ਰਭ ਗੋਸ਼ਟ ਕਰਤ ਤੇ ਹਰਖ ਨਾ ਸੋਗ ਨਾ ਜਨਮ ਨਾ ਮਰਤ, ਤੇ ਐਸੇ ਟਿਕਾਣੇ ਬੈਠ ਕੇ ਕਰਦਾ ਜਿੱਥੇ ਮੌਤ ਨਹੀਂ ਆ ਸਕਦੀ, ਬੁਢੇਪਾ ਨਹੀਂ ਆ ਸਕਦਾ, ਜਨਮ ਮਰਨ ਕੋਈ ਨਹੀਂ। ਇਹਦਾ ਮਤਲਬ ਕੋਈ ਟਿਕਾਣਾ ਵੀ ਹੈ, ਉੱਥੇ ਰੱਬ ਵੀ ਬਹਿੰਦਾ, ਪ੍ਰਭੂ ਵੀ ਹੈ ਤੇ ਉੱਥੇ ਭਗਤ ਜਨਾਂ ਦੀ ਪਹੁੰਚ ਵੀ ਹੈ। ਭਗਤ ਸੰਗ ਪ੍ਰਭ ਗੋਸ਼ਟ ਕਰ ਆਪਸ ਵਿੱਚ ਬਹਿੰਦੇ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਵਿਸ਼ਵਾਸ ਰੱਖਦੇ ਹਾਂ ਤਾਂ ਸਾਨੂੰ ਇਹਨਾਂ ਗੱਲਾਂ 'ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਮਸਲਾ ਇਹ ਹੈ ਕਿ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਨੇ ਜਿਹੜੇ ਲੋਕਾਂ ਨੂੰ ਉਪਦੇਸ਼ ਕਰਦੇ ਨੇ ਆਓ ਮੈਂ ਤੁਹਾਨੂੰ ਰੱਬ ਮਿਲਾਵਾਂ, ਭਾਵੇਂ ਦਰਮਿਆਨ ਵਿੱਚ ਰਹਿ ਜਾਣ, ਚਾਲੇ ਹਥਿਆਰ ਮਿਲਣ ਕੋ ਬੀਜੇ ਕਿਉਂ ਚੀਤ। ਉਹ ਲੋਕ ਨੇ ਜਿਹੜੇ ਕਹਿੰਦੇ ਨੇ ਆਓ ਮੈਂ ਤੁਹਾਨੂੰ ਰੱਬ, ਅੱਜ ਦੁਨੀਆਂ ਅੰਦਰ ਉਹ ਜੇ ਲੋਕ ਜ਼ਿਆਦਾ ਨੇ, ਅੱਜ ਇੰਨੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਡੇਰੇ ਨੇ ਤੇ ਉਹਨਾਂ ਡੇਰਿਆਂ ਦੇ ਮਗਰ ਲੱਗੇ ਹੋਏ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਚੇਲੇ ਨੇ, ਸਿੱਖ ਸਾਖਾ ਨੇ, ਉਹ ਐਵੇਂ ਨੇ। ਕਿਉਂਕਿ ਜਿਹੜੇ ਡੇਰੇਦਾਰ ਨੇ ਉਹ ਕਹਿੰਦੇ ਨੇ ਰੱਬ ਇੱਥੋਂ ਹੀ ਮਿਲਦਾ, ਪ੍ਰਭੂ ਇੱਥੋਂ ਮਿਲਦਾ, ਮੈਨੂੰ ਕਿਸੇ ਨਾਲ ਸਾਥੀ ਵਿਰੋਧੀ ਨਾਮ ਮੈਂ ਇਸ ਵਾਸਤੇ ਕੋਸ਼ਿਸ਼ ਹੁੰਦੀ ਮੈਂ ਨਾਮ ਨਾ ਰਹਾਂ। ਮੈਂ ਉਹ ਗੱਲਾਂ ਆਪ ਸਾਹਮਣੇ ਬੈਠ ਕੇ ਸੁਣੀਆਂ ਜਿੱਥੇ ਇਹ ਕਿਹਾ ਜਾਂਦਾ ਸੀ ਭਲੇ ਉਹ ਆਹ ਵੇਖੋ ਆਹ ਜਿਹੜਾ ਨਕਸ਼ਾ ਹੈ ਨਾ ਇਸ ਡੇਰੇ ਦਾ, ਇਹ ਅਸੀਂ ਦਰਗਾਹ ਵਿੱਚੋਂ ਰੱਬ ਕੋਲੋਂ ਪ੍ਰਵਾਨ ਕਰਾ ਕੇ ਲਿਆਉਂਦਾ। ਉੱਥੇ ਲਫ਼ਜ਼ ਕਹਿ ਜਾਂਦੇ ਸਨ, ਮੈਂ ਆਪਣੇ ਕੰਨਾਂ ਨਾਲ ਸੁਣੇ ਜਿੱਥੇ ਲਫ਼ਜ਼ ਸਨ। ਇਹ ਤੁਹਾਨੂੰ ਇਸ ਲਈ ਕਹਿ ਰਹੇ ਹਾਂ ਕਿ ਇਸ ਨਕਸ਼ੇ ਨੂੰ ਪਛਾਣ ਲਿਓ, ਜਦੋਂ ਅਸੀਂ ਦਰਗਾਹ ਨੂੰ ਜਾਣਾ ਹੈ ਨਾ ਉੱਥੇ ਜਾ ਕੇ ਇਹ ਤੁਹਾਡਾ ਘਰ ਹੈ, ਇਹਨੂੰ ਪਛਾਣ ਕੇ ਇੱਥੇ ਆ ਜਾਇਓ। ਇੰਨਾ ਵਿਸ਼ਵਾਸ ਤੂੰ ਆਏ ਜਾਂਦਾ, ਐਵੇਂ ਤਾਂ ਨਹੀਂ ਲੋਕ ਮਗਰ ਲੱਗ ਤੁਰ ਪੈਂਦੇ। ਹੁਣ ਇਹੋ ਜਿਹੇ ਲਫ਼ਜ਼ਾਂ ਨਾਲ ਕੁਝ ਜੋੜ ਕੇ ਅਗਾਂਹ ਤੁਰਨ ਵਾਲੇ ਲੋਕ ਵੀ ਨੇ ਜਿਨ੍ਹਾਂ ਦੇ ਆਪਣੇ ਪੱਲੇ ਕੁਝ ਨੇ, ਪਰ ਲੋਕਾਂ ਨੂੰ ਇਸ ਕਿਸਮ ਦਾ ਉਪਦੇਸ਼ ਕਰਕੇ ਮਗਰ ਲਾ ਲੈਂਦੇ ਨੇ। ਔਰ ਜਿਹੜੇ ਇਹਨਾਂ ਦੇ ਲੋਕਾਂ ਦੇ ਮਗਰ ਲੱਗਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ, ਜ਼ਿਆਦਾ ਗਿਣਤੀ ਕੁਦਰਤੀ ਗੱਲ, ਇਹਨਾਂ ਲੋਕ ਜਿਨ੍ਹਾਂ ਨੇ ਸਿੱਧਾ ਕਹਿਣਾ ਆਓ ਵੀ ਮੈਂ ਤੁਹਾਨੂੰ ਰੱਬ ਦਿਖਾਵਾਂ, ਉਹਦੇ ਮਗਰ ਤਾਂ ਹਰ ਪਿੰਡ ਲੱਗ ਪੈਣੇ, ਉਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ। ਉਹ ਗਿਣਤੀ ਜ਼ਿਆਦਾ ਹੋਣ ਕਰਕੇ ਉਹਨਾਂ ਕੋਲ ਦੌਲਤ ਭੇਟਾ ਵੀ ਜ਼ਿਆਦਾ ਹੁੰਦੀ, ਉਹਨਾਂ ਦੇ ਡੇਰੇ ਵੀ ਵੱਡੇ ਹੁੰਦੇ, ਉਹਨਾਂ ਦੀ ਦੌਲਤ, ਉਹਨਾਂ ਦੇ ਡੇਰੇ ਵੇਖ ਕੇ ਲੋਕ ਹੋਰ ਲੁਭਾਵੇਂ ਲਓ ਜੀ ਇੰਨੇ ਇੰਨੇ ਲੱਖਾਂ ਆਦਮੀ ਕਿਸੇ ਨੂੰ ਐਵੇਂ ਸੋਹਣਾ ਸੁਣਨ ਆਉਂਦੇ ਨੇ। ਇਹ ਜੋ ਉਪਦੇਸ਼ ਕਰਦਾ ਹੈ ਉਹ ਜੀਵਨ ਦਾ ਹਿੱਸਾ ਹੈ। ਇੱਕ ਹੋਰ ਲੋਕ ਨੇ ਅੱਜ ਦੇ ਹੁਣ ਆਪਾਂ ਦੋਨੋਂ ਸਲੋਕ ਬਚਨੇ ਨੇ, ਇੱਕ ਹੋਰ ਲੋਕ ਨੇ, ਇੱਕ ਉਹ ਲੋਕ ਨੇ ਜਿਹੜੇ ਸੱਚਮੁੱਚ ਪ੍ਰਭੂ ਨਾਲ ਜੁੜੇ ਹੋਏ ਨੇ। ਉਹ ਕਿਸੇ ਨੂੰ ਫਾਲਤੂ ਭਰਮ ਪਾ ਕੇ ਜਾਂ ਉਹ ਉਪਦੇਸ਼ ਕਰਕੇ ਆ ਮੈਂ ਤੁਹਾਨੂੰ ਰੱਬ ਮਿਲਾਵਾਂ ਨਹੀਂ, ਉਹ ਕਹਿੰਦੇ ਨੇ ਜਿਹੜਾ ਪ੍ਰਭੂ ਨਾਲ ਜੁੜਨਾ ਚਾਹੁੰਦਾ ਹੈ ਆਪ ਜੁੜੇਗੀ। ਉਹਨਾਂ ਦੇ ਮਗਰ ਬਹੁਤੇ ਲੋਕ ਨਹੀਂ ਹੁੰਦੇ, ਉਹਨਾਂ ਦੇ ਡੇਰੇ ਵੀ ਵੱਡੇ ਨਹੀਂ ਹੁੰਦੇ, ਵਿਚਾਰੇ ਗਰੀਬ ਹੀ ਹੁੰਦੇ, ਅਮੀਰ ਉਹ ਹੀ ਹੁੰਦੇ ਨੇ ਜਿਹੜੇ ਭੁਲੇਖੇ ਪਾਉਂਦੇ ਨੇ। ਹੁਣ
ਬਾਬਾ ਕਬੀਰ ਜੀ ਨੇ ਅੱਜ ਦੇ ਦੋ ਸ਼ਲੋਕਾਂ ਵਿੱਚ ਇਹੋ ਗੱਲਾਂ ਨੂੰ ਆਹਮੋ ਸਾਹਮਣੇ ਰੱਖਿਆ। ਕਹਿੰਦੇ ਨੇ ਮੈਂ ਦੋਵਾਂ ਦੀ ਤਸਵੀਰ ਤੁਹਾਡੇ ਸਾਹਮਣੇ ਰੱਖ ਦੇਣਾ ਚਾਹੁੰਦਾ ਤੇ ਚਾਹੁੰਦਾ ਵੀ ਤੁਸੀਂ ਚੋਣ ਕਰੋ ਤੁਸੀਂ ਕਿਹਦੇ ਨਾਲ ਜੁੜਨਾ, ਜਿਹੜੇ ਰੱਬ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਗੱਲਾਂ ਕਰਕੇ ਤੁਹਾਨੂੰ ਉਪਦੇਸ਼ ਕਰਕੇ ਤੇ ਭਰਮਾ ਕੇ ਆਖਦੇ ਨੇ ਆਇਆ ਮੈਂ ਤੁਹਾਨੂੰ ਰੱਬ ਨਾਲ ਮਿਲਾਵਾਂ। ਦੋ ਹੀ ਤਰ੍ਹਾਂ ਦੇ ਲੋਕ ਪਹਿਲੇ ਸਲੋਕ ਵਿੱਚ ਆਖਦੇ ਨੇ ਗਿਆਨ ਨਾਲ ਅਵਸਥਾ ਉਚੇਰੀ ਕਰਦੇ ਹਾਂ ਪਰ ਆਪਣੀ ਅਵਸਥਾ ਗੁਆ ਚੁੱਕੇ ਹੁੰਦੇ ਨੇ। ਐਗਜ਼ਾਂਪਲ ਦਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਕਹਿੰਦੇ ਨੇ ਇਉਂ ਹੀ ਹੈ ਜਿਵੇਂ ਕੋਈ ਕਿਸੇ ਕਿਸਾਨ ਨੇ ਆਪਣੇ ਖੇਤ ਦਾ ਰਾਖਾ ਕੋਈ ਨਿਸ਼ਚਿਤ ਕੀਤਾ ਹੋਵੇ ਹਾਇਰ ਕਰਕੇ ਨੌਕਰ ਲੈ ਕੇ, ਉਹਨੂੰ ਕੁਛ ਦੌਲਤ ਦੇਵੇ ਕੁਛ ਮਾਇਆ ਦੇਵੇ ਤੇ ਉਹਨੂੰ ਆਖੇ ਤੂੰ ਮੇਰੇ ਖੇਤ ਦੀ ਰਾਖੀ ਕਰਨੀ। ਉਸ ਖੇਤ ਦੀ ਰਾਖੀ ਕਰਨ ਵਾਸਤੇ ਰਾਤਾਂ ਕੱਟੇ ਪਰ ਕੀ ਉਹਨੂੰ ਪਤਾ ਹੋਵੇ ਕਿ ਇਹ ਖੇਤ ਤੇਰਾ ਨਹੀਂ, ਤੂੰ ਕਿਸੇ ਦੇ ਖੇਤ ਦੀ ਰਾਖੀ ਕਰ ਰਿਹਾ, ਤੇਰੇ ਪੱਲੇ ਇੱਥੋਂ ਕੁਝ ਨਹੀਂ ਪੈਣਾ। ਕਹਿੰਦੇ ਨੇ ਕੁਛ ਲੋਕ ਐਸੇ ਨੇ ਜਿਹੜੇ ਦੂਜਿਆਂ ਨੂੰ ਆਖਦੇ ਨੇ ਤੁਹਾਡੇ ਖੇਤ ਦੀ ਰਾਖੀ ਕਰਨਾ, ਮੈਂ ਤੁਹਾਨੂੰ ਉੱਚਾ ਕਰਾਂਗਾ, ਤੁਹਾਡੇ ਜੀਵਨ ਵਿੱਚ ਬਰਕਤਾਂ ਪਾ ਦਿਆਂਗਾ, ਤੁਹਾਨੂੰ ਗਿਆਨ ਦੇ ਦਿਆਂਗਾ, ਪਰ ਉਹ ਇਉਂ ਹੀ ਨੇ ਜਿਵੇਂ ਪਰਾਏ ਖੇਤ ਦੀ ਕੋਈ ਰਾਖੀ ਕਰ ਲਿਆ ਹੋਵੇ। ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ, ਉਸ ਖੇਤ ਕਾਰਨ ਰਾਖਾ ਕੜੇ, ਤਿਸਕੇ ਪਾਲੇ ਕਛੂ ਨਾ ਪੜੇ। ਉਹਦੇ ਪੱਲੇ ਕੁਝ ਨਹੀਂ ਹੁੰਦਾ, ਉਹ ਵਿਚਾਰਾ ਆਹ ਪੱਲਾ ਖਾਲੀ ਲੈ ਕੇ ਤੁਰ ਜਾਂਦਾ। ਇਹੋ ਜਿਹੇ ਲੋਕ ਵੀ ਨੇ ਜਿਹੜੇ ਦੂਜਿਆਂ ਨੂੰ ਆਖਦੇ ਨੇ ਤੁਹਾਨੂੰ ਰੱਬ ਮਿਲਾਉਣੇ ਆ ਪਰ ਆਪਣਾ ਪੱਲਾ ਖਾਲੀ ਤੁਰ ਜਾਂਦਾ। ਦੂਜਿਆਂ ਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਗਿਆਨ ਦਿੰਦੇ ਹਾਂ ਲੇਕਿਨ ਆਪਣਾ ਪੱਲਾ ਗਿਆਨ ਤੋਂ ਖਾਲੀ ਰਹਿ ਜਾਂਦਾ। ਰਾਸ ਮੇਰਾ ਨਹੀਂ ਰੱਖਦੇ ਖਾਇਆ ਘੱਟ ਕਰਕੇ, ਉਹ ਵੀ ਲੁੱਟਦੇ ਪਰ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ। ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਜਿਹੜੇ ਇਸ ਤਰ੍ਹਾਂ ਕੇਵਲ ਦੂਜੇ ਨੂੰ ਉਪਦੇਸ਼ ਕਰਨ ਵਾਲੇ ਲੋਕ ਨੇ ਆਪਣੇ ਜੀਵਨ ਦਾ ਸੁਧਾਰ ਨਹੀਂ ਕਰਦੇ, ਉਹਨਾਂ ਦਾ ਇੱਕ ਇੱਕ ਲਫ਼ਜ਼ ਜਿਹੜਾ ਹੈ ਉਹ ਰਸਦਾਇਕ ਨਹੀਂ ਹੁੰਦਾ ਬਲਕਿ ਉਲਟ ਇਉਂ ਹੈ ਜਿਵੇਂ ਕੋਈ ਮਨੁੱਖ ਖਾਣਾ ਤਾਂ ਖਾਵੇ ਪਰ ਉਹਦੇ ਵਿੱਚ ਕਿਰਕ ਹੋਵੇ, ਕਿਰਕ ਹੋਵੇ ਨਾ ਥੋੜ੍ਹੀ ਜਿਹੀ, ਇੱਕ ਦੋ ਦਾਣੇ ਵੀ ਕਿਰਕਦੇ ਹੋਣ ਖਾਣਾ ਨਹੀਂ ਖਾਧਾ ਜਾਂਦਾ। ਤੇ ਜੇ ਭਲਾ ਪੂਰੀ ਰੇਤ ਦਾ ਫੱਕਾ ਮਾਰੇ ਤਾਂ ਖਾ ਸਕਦਾ, ਇੱਕ ਦੋ ਦਾਣੇ ਕਿਸੇ ਦੇ ਖਾਣੇ ਵਿੱਚ ਆ ਜਾਣ ਤੇ ਲੋਕ ਕਹਿੰਦੇ ਨੇ ਕਿਰਕ ਹੈ ਖਾਣੇ ਵਿੱਚ, ਖਾਣਾ ਨਹੀਂ ਖਾਧਾ ਜਾਂਦਾ। ਘਰ ਬਣਾਇਆ ਜਾ ਸਕਦਾ ਹੈ, ਰੇਤ ਦੇ ਘਰ ਵੀ ਕਦੇ ਕਿਸੇ ਨੂੰ ਸਾਰੇ ਨਾ, ਉਸ ਰੇਤ ਦੀ ਜ਼ਮੀਨ ਤੇ ਕੋਈ ਬੀਜ ਬੀਜਿਆ ਜਾ ਸਕਦਾ ਹੈ, ਉੱਥੇ ਇਹ ਸਾਰਾ ਕੁਝ ਤੋਂ ਬਿਲਕੁਲ ਖਾਲੀ ਹੁੰਦੀ ਹੈ ਰੇਤ। ਕਹਿਣ ਲੱਗੇ ਇਸੇ ਤਰ੍ਹਾਂ ਕੁਛ ਲੋਕ ਉਹ ਨੇ ਜਿਨ੍ਹਾਂ ਦਾ ਉਪਦੇਸ਼ ਵੀ ਕੁਛ ਵੀ ਪੈਦਾ ਨਹੀਂ ਕਰਦਾ ਤੇਰੇ ਜੀਵਨ ਵਿੱਚ, ਤੇਰੇ ਅੰਦਰ ਨਾ ਗਿਆਨ ਆ ਜਾਂਦਾ ਨਾ ਤੇਰੇ ਅੰਦਰ ਉਸ ਉਪਦੇਸ਼ ਤੋਂ ਪੈਦਾ ਹੋਇਆ ਰੱਬੀ ਗੁਣ ਆ ਸਕਦੇ ਨੇ। ਜਿਵੇਂ ਰੇਤ ਵਿੱਚ ਕੁਝ ਵੀ ਨਹੀਂ ਪੈਦਾ ਹੁੰਦਾ ਨਾ ਘਰ ਬਣਦਾ, ਮੈਂ ਇੱਕ ਵਾਰ ਕੀਤੀ ਸੀ, ਜ਼ਮੀਨ ਇੱਕ ਉਹ ਚੀਜ਼ ਹੈ ਜਿਹੜੀ ਮਨੁੱਖ ਨੂੰ ਰੋਜ਼ੀ ਵੀ ਦਿੰਦੀ ਹੈ ਰਿਹਾਇਸ਼ ਵੀ ਦਿੰਦੀ ਹੈ
ਰੋਜ਼ੀ ਤੋਂ ਭਾਵ ਉਹਦੇ ਵਿੱਚ ਅਨਾਜ ਪੈਦਾ ਹੁੰਦਾ, ਬੂਟੇ ਪੈਦਾ ਹੁੰਦੇ ਨੇ, ਉਹਦੇ ਵਿੱਚ ਉਹਦੇ ਵਿੱਚੋਂ ਹੀ ਮਕਾਨ ਘਰ ਰਹਿਸ਼ ਬਣਦੀ ਹੈ। ਪਰ ਜੇ ਬਜਾਏ ਜ਼ਮੀਨ ਮਿੱਟੀ ਦੇ ਨਿਰੀ ਰੇਤ ਹੋਵੇ ਤੇ ਨਾ ਉਸ ਰੇਤ ਵਿੱਚ ਕੁਝ ਪੈਦਾ ਹੁੰਦਾ ਹੈ ਤੇ ਨਾ ਉਸ ਰੇਤ ਦਾ ਘਰ ਬਣਦਾ ਹੈ। ਬਾਰੂ ਕੀ ਭੀਤ ਜੈਸੇ ਵਸੁਧਾ ਕੋ ਰਾਜ ਹੈ। ਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਮੈਨੂੰ ਦਿਸਦਾ ਹੈ ਕੁਛ ਲੋਕ ਜਿਹੜੇ ਕੇਵਲ ਲੋਕਾਂ ਨੂੰ ਉਪਦੇਸ਼ ਕਰਦੇ ਨੇ ਤੇ ਆਪਣਾ ਜੀਵਨ ਉਹਨਾਂ ਦਾ ਕੁਝ ਨਹੀਂ, ਉਹ ਇਹੋ ਹੀ ਹੈ ਜਦੋਂ ਬੋਲਦੇ ਨੇ ਕਿ ਮਾਨੋ ਇਹਨਾਂ ਦੇ ਬੋਲ, ਇਹਨਾਂ ਦੇ ਸ਼ਬਦ, ਇਹਨਾਂ ਦੇ ਲਫ਼ਜ਼ ਜਿਹੜੇ ਨੇ ਉਹ ਇੱਕ ਰੇਤ ਹੈ। ਇਹਦੇ ਵਿੱਚੋਂ ਨਾ ਗਿਆਨ ਹੋਣਾ ਹੈ, ਨਾ ਰੱਬ ਦਾ, ਨਾ ਗੁਣਾਂ ਦਾ, ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਇਹ ਰੇਤ ਰੂਪ ਨੇ। ਗੁਰੂ ਨੇ ਬੜੇ ਖੂਬਸੂਰਤ ਲਫ਼ਜ਼ਾਂ ਦੀ ਚੋਣ ਕੀਤੀ ਹੈ। ਬਾਬਾ ਕਬੀਰ ਜੀ ਨੇ ਕਹਿਣ ਲੱਗੇ ਕੋਈ ਸਵਾਦ ਹੈ ਅਜੇ ਮਿੱਟੀ ਦਾ ਤਾਂ ਫਿਰ ਕੋਈ ਸਵਾਦ ਹੋ ਸਕਦਾ। ਪੁਰਾਣੇ ਬਜ਼ੁਰਗ ਕਈ ਮਾਤਾਵਾਂ ਮਿੱਟੀ ਖਾਂਦੀਆਂ ਸਨ, ਉਹਨਾਂ ਨੂੰ ਉਹ ਸਿਰ ਚ ਵੀ ਸਵਾਦ ਹੋ, ਪਰ ਰੇਤ ਨੂੰ ਕਦੀ ਖਾਂਦਾ ਕਿਸੇ ਨੂੰ ਨਹੀਂ ਵੇਖੋ ਕਿਉਂਕਿ ਨਾ ਉਹਦੇ ਵਿੱਚ ਕੋਈ ਸਵਾਦ ਹੈ, ਨਾ ਉਹਦਾ ਘਰ ਬਣਦਾ ਹੈ, ਨਾ ਉਹਦੇ ਵਿੱਚੋਂ ਅਨਾਜ ਪੈਦਾ ਹੁੰਦਾ ਹੈ। ਇਸ ਲਈ ਵਿਸ਼ਵਾਸ ਕਰੋ, ਗੁਰੂ ਕਹਿੰਦੇ ਨੇ ਜਿਹੜੇ ਕੇਵਲ ਦੂਜਿਆਂ ਨੂੰ ਗਿਆਨ ਧਿਆਨ ਦਾ ਉਪਦੇਸ਼ ਕਰਦੇ ਨੇ ਨਾ ਉਹ ਮਨੁੱਖ ਐਸੇ ਹੀ ਨੇ, ਮਾਨੋ ਉਹਨਾਂ ਨੂੰ ਵਿੱਚ ਇੱਕ ਰੇਤ ਹੈ ਜਿਹੜੀ ਕੁਛ ਵੀ ਪੈਦਾ ਨਹੀਂ ਕਰ ਸਕਦੀ। ਮੈਂ ਪਰਾਇਆ ਭਲਾ ਪਿਆ ਕਰਨਾ, ਕਿਸੇ ਨੂੰ ਗਿਆਨ ਦੇ ਰਿਹਾ, ਕਿਸੇ ਨੂੰ ਚੰਗੇ ਰਾਹ ਪਾ ਰਿਹਾ। ਤੇ ਬਾਬਾ ਕਬੀਰ ਕਹਿੰਦੇ ਨੇ ਉਹ ਨਜ਼ਰ ਹੁੰਦਾ ਜਿਵੇਂ ਉਹ ਤਾਂ ਕਹਿੰਦੇ ਨੇ ਅਸੀਂ ਬਗਾਨੀ ਰਾਸ, ਬਗਾਨੀ ਦੌਲਤ ਦਾ ਬਚਾ ਰਾਖਾ ਰਾਖੇ ਹੋ ਕੇ ਰਾਖੀ ਕਰਨੇ ਆ, ਉਹ ਤਾਂ ਆਪਣਾ ਘਰ ਵੀ ਉਜਾੜ ਬੈਠੇ ਨੇ, ਘਰ ਦਾ ਖੇਤ ਉਜੜ ਗਏ ਨੇ। ਰਾਸ ਬਿਰਾਨੀ ਰੱਖਦੇ ਰਾਸ ਬਿਰਾਨੀ ਰੱਖਦੇ ਖਾਇਆ ਘਰ ਕਾ ਖੇਤ, ਘਰ ਦਾ ਖੇਤ ਖਾਧਾ ਗਿਆ, ਬਗਾਨੇ ਖੇਤਾਂ ਦੀ ਕਹਿੰਦੇ ਅਸੀਂ ਰਾਖੀ ਕਰਨੇ। ਹੁਣ ਆ ਜਾਓ ਅਗਲੇ ਸਲੋਕ ਵੱਲ, ਕਹਿੰਦੇ ਨੇ ਦੂਜੀ ਕਿਸਮ ਦੇ ਲੋਕ ਕੀ ਨੇ, ਦੂਜੀ ਕਿਸਮ ਦੇ ਲੋਕ ਕੀ ਨੇ। ਉਹ ਭਰਿਆ ਜੇ ਸੰਗਤ ਕਰਨੀ ਤਾਂ ਉਹਨਾਂ ਦੀ ਕਾਇਮ, ਇਹ ਨਹੀਂ ਕਿ ਨਹੀਂ ਕਰਨੀ, ਕਹਿੰਦੀ ਸੰਗਤ ਕਰਨੀ ਤਾਂ ਉਹਨਾਂ ਦੀ ਕਾਇਮ। ਇਹ ਠੀਕ ਹੈ ਕਿ ਉਹਨਾਂ ਕੋਲ ਦੌਲਤ ਨਹੀਂ ਹੋਏਗੀ, ਉਹ ਗਰੀਬ ਕਿਉਂਕਿ ਉਹਨਾਂ ਨੇ ਸਿੱਖ ਸਾਖਾ ਬਹੁਤੇ ਨਹੀਂ ਕੀਤੇ। ਆ ਫਰਕ ਜਿਹਦੇ ਕੋਲ ਚੇਲੇ ਚੇਲੇ ਜ਼ਿਆਦਾ ਉਹਦੇ ਚੇ ਉਹਦਾ ਹੀ ਮਹਿਲ ਵੱਡਾ, ਉਹਦਾ ਹੀ ਡੇਰਾ ਵੱਡਾ, ਜਿਹਦੇ ਕੋਲ ਚੇਲੇ ਜ਼ਿਆਦਾ ਉਹਦੇ ਕੋਲ ਸੰਪਦਾ ਵੱਡੀ। ਕਹਿਣ ਲੱਗੇ ਜਿਹਨੇ ਚੇਲੇ ਨਹੀਂ ਬਹੁਤੇ ਬਣਾਏ, ਜਿਹੜਾ ਆਪ ਗੁਰੂ ਦਾ ਬਣਿਆ, ਤੇ ਕਹਿਣ ਲੱਗਾ ਮੈਂ ਗੁਰੂ ਦਾ ਚੇਲਾ ਹਾਂ, ਬਸ ਮੈਂ ਕਿਸੇ ਚੇਲੇ ਦੀ ਲੋੜ ਨਹੀਂ ਸਮਝਦਾ। ਕਹਿਣ ਲੱਗੇ ਪਰ ਉਹਦੇ ਕੋਲ ਸੰਸਾਰਿਕ ਦੌਲਤ ਜ਼ਿਆਦਾ ਹੋਏਗੀ, ਗਰੀਬੀ ਹੋਏਗੀ। ਹੁਣ ਉਹਦੇ ਮਗਰ ਲੱਗਣ ਵਾਲੇ ਵੀ ਸੋਚਣਗੇ ਇਹਨੇ ਆਪਣੇ ਤਾਂ ਪੱਲੇ ਆਇਆ ਕੁਝ ਨਹੀਂ, ਉਹਦੇ ਮਗਰ ਲੱਗਣ ਵਾਲੇ ਇਹ ਸੋਚਦੇ ਸਨ ਇੰਨਾ ਅਮੀਰ, ਇੰਨੇ ਲੋਕ ਇਹਦੇ ਪਿੱਛੇ, ਇੰਨੇ ਲੋਕ ਚੇਲੇ ਸਿੱਖ ਸਾਖਾ, ਤੇ ਇਹਦੇ ਮਗਰ ਕੌਣ ਹੈ। ਕਹਿਣ ਲੱਗੇ ਹੋ ਸਕਦਾ ਉਹਨਾਂ ਦੇ ਮਗਰ ਲੱਗਣ ਵਾਲਿਆਂ ਨੂੰ ਜੌ ਕੀ ਭੂਸੀ ਖਾਓ, ਜੌ ਕੀ ਭੂਸੀ ਜਵਾਂ ਦਾ ਛਿਲਕਾ, ਰਾਜ ਰੋਟੀ ਵੀ ਨਾ ਮਿਲੇ,
हो सकता है उन्हें राज रोटी भी ना मिले। मैंने याद आया बैठे ने उस टाइम जो आप सत्संग का साधन अकेडमी शुरू की ना मिसी सागर उस दिन एक गल कही सी सोच के उवे चल रहा है उस दिन सोच के गल कही सी कि ऐसा स्थान ना बन जा जिथे माया ही रोज मंगते रहिए आ काम चलाना है पहले दिन अनाउंस कर दिता सी कि इस स्थान ते किसी किस्म की कोई मायक मंग कोई उगराई कभी नहीं होगी और इन्हें 14 साल अंदर कोई भी रख दे कि कदे स्टेज तो कभी कोई उगराई हुई हो किसी लोड़ दी क्योंकि सत्संग का साधन है 14 साल अंदर कोई उगराई नहीं हुई कह जे कोई है तो मैं याद कराओ। फिर मन अंदर यह भी सी कि लंगर लोग तो आते ही लंगर से कई लोग ऐसे शुरू ही लंगर से होंगे उदो फिर यह भी आख्या भी लंगर भी तुसी जे मन हो अपना बना के लियाओ आपे मिलके खा लो अकेडमी है सारे विद्यार्थी ने मिलके बैठ के आपे खा लो और वो विजन अज तक चल रहा है आपकी संगता आपे बैठ बल्कि बुजुर्ग रजीव पाल सिंह के माता जी बैठे ने कई बार किसी का नाम नहीं लिखा होंदा ते आप फोन करके एक दूजे की ड्यूटी लेंदे ने भी लो भी तू प्रशादे तैयार करा के लिया तू भी दाल तैयार कर ताकि सानू कभी कुछ मंगना ना पवे यो कारण है ना इतने कोई ना इतने कोई प्रचार रखे ना कोई सेवादार रखे हो सिख संगत प्यार वाले परिवार जड़े ने बच्चे आप ही मिल के सारी सेवा सवाल करी जाते क्यों क्योंकि हफ्ते में एक दिन एक टाइम या दो टाइम सत्संग होना जे असी वह भी टाइम उगराइया में तो इस गल में ही ला दीए भी माया कितों आए जे ग्रंथी रखा उनके माया चाहिए तो सेवादार रखा उनकी गुजरान वास्ते भी कुदरती गल है उनका प्रभाव चाहिए कुछ तो इसलिए यह कुछ बनाया सी ताकि मन अंदर कितने ये ना ख्याल हो भी असी सत्संग की बजाय यह कोई गुरद्वारा स्थान बना लिया। बाबा कबीर जी दाज मैं ये श्लोक याद आया जिंदे च बाबा कबीर ने आख्या हो सकता है ऐसे स्थान पर तेन किसी दिन राज रोटी भी ना मिले। कई बार तुम देख दो एक अली दाल का भी प्रशादे छके जाते हो तुम छके जाते हो बाबा कबीर जी के लफज ने कह लगे कबीर साधु की संगत रहो जौ की भूसी खाओ। देखे जे तू प्रभु नाल मिलके प्रभु की सत्संगत में बैठना है सत्संगत कैसी जानी है जिथे एको नाम वखाणी है ये तो भाई गुरबाणी बाणी नू समझ के विचार के आपस में हिरदे में बैठ के विचार के धारण करन का स्थान है ये उगराइया का स्थान नहीं। यो कारण हो सकता है कभी कई बार ना भी हो बाबा कबीर जी के अज के इस श्लोक ने मन में बड़ा धीरज दिता है। बाबा कबीर जी ने आख्या कह लगे कबीर साधु की संगत रहो जौ की भूसी खाओ जे जवां दे छिलका भी तेनू खाना पै जाए उत्थे राज रोटी ना मिले ता भी ओ थां प्राप्त करी जिथे तेनू गुरु दी रब दी गल मिले। ये ना सोची इत्थे लंगर वधिया मिले बाबा कबीर जी दे लफ़ज़ ने कहन लगे कबीर साधु की संगत रहो कबीर साधु की संगत रहो जो की पूसी खा
ਸੋ ਹੋਏ ਹੈ ਇਹਨੀ ਦਿੱਕਤਾਂ ਨਾਲ ਸਾਧ ਸੰਗਤ ਵਿੱਚ ਸਤ ਸੰਗਤ ਵਿੱਚ ਜੁੜ ਕੇ ਆਖ ਜੋ ਕੁਝ ਹੋਣਾ ਹੋ ਜਾਏ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਰੋਟੀ ਮਿਲੇ ਨਾ ਮਿਲੇ ਆਰਾਮ ਮਿਲੇ ਨਾ ਮਿਲੇ ਟਿਕਾਣਾ ਮਿਲੇ ਨਾ ਮਿਲੇ ਪਰ ਮੈਂ ਸਾਧ ਸੰਗਤ ਦਾ ਪੱਲਾ ਨਹੀਂ ਛੱਡਣਾ ਗੁਰੂ ਕਹਿੰਦੇ ਕਿਸੇ ਸਾਖਤ ਦੀ ਸੰਗਤ ਵਿੱਚ ਨਾ ਚਲਾ ਜਾਈ ਕਿ ਉੱਥੇ ਪਦਾਰਥ ਬਹੁਤੇ ਨੇ ਉੱਥੇ ਪਦਾਰਥ ਜ਼ਿਆਦਾ ਨੇ ਕਹਿਣ ਲੱਗੇ ਪਦਾਰਥ ਉੱਥੇ ਹੋਣਗੇ ਜਿੱਥੇ ਅਵਰੇ ਕੋ ਉਪਦੇਸ਼ ਤੇ ਮੁੱਖ ਮਿੱਤਰ ਹੈ ਰੇਤ ਰਾਸ ਬਿਰਾਨੀ ਰੱਖ ਤੇ ਖਾਇਆ ਧਾਕਾ ਖੇਤ ਅਤੇ ਅਗਲੀ ਲੈਂਡ ਵਿੱਚ ਕਹਿਣ ਲੱਗੇ ਕਿ ਵੀਰ ਸਾਧੂ ਕੀ ਸੰਗਤ ਰਹੋ ਜਿਉਂ ਕੀ ਭੂਸੀ ਖਾਓ ਹੁਣ ਹਰ ਸੋ ਹੋਏ ਹੈ ਸਾਖਤ ਸੰਗ ਨਾਲ ਜੋ ਗੁਜ਼ਰੇ ਜਿਸ ਤਰ੍ਹਾਂ ਵੀ ਗੁਜ਼ਰੇ ਉਸ ਤਰ੍ਹਾਂ ਦੀ ਗੁਜ਼ਾਰ ਲੈ ਪਰ ਕਿਸੇ ਸਾਖਤ ਦੀ ਸੰਗਤ ਵਿੱਚ ਬੈਠ ਕੇ ਪਦਾਰਥਵਾਦੀ ਬਣਨ ਦੀ ਕੋਸ਼ਿਸ਼ ਨਾ ਕਰੀ ਗੁਰੂ ਕਹਿੰਦੇ ਹੁਣ ਮਨੁੱਖ ਕੋਲ ਇੱਕੋ ਹੀ ਤਰੀਕਾ ਹੁੰਦਾ ਗੁਰੂ ਕੋਲੋਂ ਪੁੱਛ ਕੇ ਚੱਲੇ ਜਿੱਥੇ ਭੁੱਲਦਾ ਨਜ਼ਰ ਆਵੇ ਜਿੱਥੇ ਕਨਫਿਊਜ਼ਨ ਹੋਵੇ ਗੁਰੂ ਕੋਲੋਂ ਪੁੱਛ ਲੈ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਗੱਲ ਦਾ ਜਵਾਬ ਦਿੰਦੇ ਨੇ ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਕੇ ਚੱਲੀਏ ਜੀਵਨ ਦੇ ਰਾਹ ਅਪਣਾਈਏ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਿੱਖ ਸਾਖਾ ਬਹੁਤੇ ਕੀਏ ਕਿ ਸੋ ਪੀਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕੇ ਉਹ ਚੀਤ ਉਹ ਜਿਹੜੇ ਦਰਮਿਆਨ ਵਿੱਚ ਰਹਿ ਗਏ ਨੇ ਉਹ ਸਾਨੂੰ ਮੰਨਿਓ ਅਤੇ ਕਿਵੇਂ ਪਹੁੰਚਾ ਦੇਣਗੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਉਹ ਸਿੱਖ ਸਾਖਾ ਦੀ ਗਿਣਤੀ ਕਰਨ ਵਾਲਿਆਂ ਵਿੱਚ ਨਾ ਪਈਏ ਅਸੀਂ ਵੇਖੀਏ ਗੁਰੂ ਨਾਲ ਕੌਣ ਜੁੜਦਾ ਹੈ ਰੱਬ ਨਾਲ ਕੌਣ ਜੁੜਦਾ ਆਪਾਂ ਰੱਬ ਨਾਲ ਜੁੜਨਾ ਗੁਰੂ ਨਾਲ ਜੁੜਨਾ ਗੁਰੂ ਨੂੰ ਰੱਬ ਨੂੰ ਵਿਸਾਰਨਾ ਨਹੀਂ ਗੁਰੂ ਨੇ ਬਾਣੀ ਅੰਦਰ ਇੱਕ ਗੱਲ ਆਖੀ ਕਹਿਣ ਲੱਗੇ ਇਹ ਮਾਇਆ ਮਾਇਆ ਕੀ ਹੈ ਗੁਰਬਾਣੀ ਹੈ ਦੌਲਤ ਦਾ ਨਾਂ ਪੈਸੇ ਦਾ ਨਾਂ ਮਾਇਆ ਨਹੀਂ ਗੁਰੂ ਨੇ ਸਵਾਲ ਕੀਤਾ
ਕਹਿਣ ਲੱਗੀ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਕਿਹਨੂੰ ਆਖੀਦਾ ਮਾਇਆ, ਪੁੱਛ ਲੈ ਗੁਰੂ ਕੋਲੋਂ ਦੌਲਤ ਮਾਲ ਮਾੜੀਆਂ ਚੰਗੇ ਕੱਪੜੇ ਨੂੰ। ਕਹਿਣ ਲੱਗੇ ਨਹੀਂ, ਇਹ ਮਾਇਆ ਜਿੱਤ ਹਾਰ ਵਿਸਰੇ, ਅਨੰਦ ਸਾਹਿਬ ਤੋਂ ਕਹੇ ਇਹ ਮਾਇਆ ਜਿੱਤ ਹਾਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਹੈ ਜਿਹੜੀ ਰੱਬ ਤੋਂ ਮੁਨਕਿਰ ਕਰ ਦੇਵੇ, ਆਖਿਰ ਰੱਬ ਦੀ ਕੀ ਲੋੜ ਹੈ, ਇਹ ਮਾਇਆ ਹੀ ਸਭ ਕੁਛ ਹੈ। ਬਸ ਗੁਰੂ ਬਖਸ਼ਿਸ਼ ਕਰੇ ਅਸੀਂ ਰੱਬ ਤੋਂ ਨਾ ਟੁੱਟੀਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।